ਇਮਾਨਦਾਰ ਦੀ ਗੱਲ ਜੇ ਗੈਂਤੀ ਫੜ ਕੇ ਨਾਲੀਆਂ ਕੱਢਣੀਆਂ ਸੌਖੀਆਂ ਨੇ ਲੋਕਾਂ ਵਾਸਤੇ ਇੰਜੇ ਗੈਂਤੀ ਫੜ ਕੇ ਨਾਲੀਆਂ ਕੱਢਣੀਆਂ ਸੌਖੀਆਂ ਆਈਟਾਂ ਤੋੜਨੀਆਂ ਸੌਖੀਆਂ ਸਾਰਾ ਦਿਨ ਟਾਕੀਆਂ ਬਣ ਕੇ ਉਂਗਲਾਂ ਦੇ ਪੱਥਰ ਤੋੜਦੇ ਨੇ ਉਹ ਸੌਖੇ ਨੇ ਪਹਾੜਾਂ ਦੇ ਵਿੱਚੋਂ ਦੀ ਸੁਰਾਖ ਕੱਢ ਛੱਡਦੇ ਨੇ ਵੱਡੇ ਵੱਡੇ ਜਨਾਬ ਤੇ ਉਹ ਸੌਖੇ ਜੇ ਜਦੋਂ ਨਮਾਜ਼ ਦਾ ਨਾਂ ਲਈਏ ਨਾਲ ਹੀ ਕੰਬ ਜਾਂਦੇ ਨੇ ਹਜ਼ਰਤ ਦੋ ਕਿਸਮ ਦੇ ਬੰਦੇ ਨਮਾਜ਼ ਨਹੀਂ ਪੜ੍ਹਦੇ ਸੁਣ ਲਓ ਅਜੇ ਤਬਲੀਗ ਗੱਲ ਪਿਆ ਕਰਨਾ ਬਾਕੀ ਤੁਹਾਨੂੰ ਮੈਂ ਸੁਣਾਵਾਂਗਾ ਗੱਲਾਂ ਸੁਣਿਆ ਸੁਣਨ ਵਾਲੀਆਂ ਜੀ ਦੋ ਕਿਸਮ ਦੇ ਬੰਦੇ ਇੱਕ ਤੇ ਉਹ ਬੰਦਾ ਨਮਾਜ਼ ਨਹੀਂ ਪੜ੍ਹਨ ਮਸਜਿਦ 'ਚ ਆਉਂਦਾ ਜਿਹਨੂੰ ਇਹ ਡਰ ਹੈ ਕਿ ਮੇਰੇ ਅਮਲ ਬੜੇ ਗੰਦੇ ਨੇ ਕਿਹੜਾ ਮੂੰਹ ਲੈ ਕੇ ਜਾਵਾਂ ਰੱਬ ਦੀ ਬਾਰਗਾਹ 'ਚ ਕਿਹੜਾ ਮੂੰਹ ਲੈ ਕੇ ਜਾਵਾਂ ਥੋੜ੍ਹਾ ਉੱਚੀ ਬੋਲੋ ਵੀ ਉਹ ਬੰਦਾ ਮਸਜਿਦ ਨਹੀਂ ਆਉਂਦਾ ਜਿਹੜਾ ਆਉਂਦਾ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਉਹ ਵੀ ਸੁਣ ਲਏ ਜਿਹੜਾ ਆਉਂਦਾ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਅੱਲਾ ਫਰਮਾਉਂਦਾ ਜਿਹੜਾ ਮੂੰਹ ਮੈਂ ਬਣਾਇਆ ਉਹ ਹੀ ਲੈ ਆਇਆ ਜਿਹੜਾ ਮੂੰਹ ਮੈਂ ਬਣਾਇਆ ਨਾ ਉਹ ਹੀ ਲੈ ਆਇਆ ਉਹ ਹੀ ਲੈ ਆਇਆ ਜਿਹੜਾ ਮੂੰਹ ਮੈਂ ਬਣਾਇਆ ਯਾ ਅੱਲਾ ਕਿਉਂ ਫਰਮਾਇਆ ਤੂੰ ਆਪਣੇ ਆਪ ਨੂੰ ਮਾਮੂਲੀ ਬੰਦਾ ਸਮਝਣਾ ਗੁਨਾਹਗਾਰ ਹੈ ਸਿਆ ਕਰ ਤੂੰ ਆਪਣੇ ਆਪ ਨੂੰ ਮਾਮੂਲੀ ਕਿਉਂ ਸਮਝਣ ਲੱਗ ਪਿਆ ਮੇਰੇ ਯਾਰ ਦਾ ਗੁਲਾਮ ਮਾਮੂਲੀ ਭਾਵੇਂ ਗੁਨਾਹਗਾਰ ਹੈ ਮਾਮੂਲੀ ਸਮਝਣ ਲੱਗ ਪਿਆ ਯਾ ਅੱਲਾ ਮੈਂ ਗੁਨਾਹਗਾਰ ਹੀ ਬਣਾ ਆਵਾਜ਼ ਆਈ ਮੇਰੇ ਬੰਦੇ 480 ਮੁਲਕ ਨੇ ਦੁਨੀਆ ਤੇ ਕਿੰਨੇ ਮੁਲਕ ਬੋਲੋ 480 ਮੁਲਕ ਤੇ 480 ਮੁਲਕਾਂ ਵਿੱਚੋਂ ਮੈਂ ਆਪਣੇ ਆਪ ਨੂੰ ਤੂੰ ਮਾਮੂਲੀ ਪਿਆ ਸਮਝਣਾ 480 ਮੁਲਕਾਂ ਵਿੱਚੋਂ ਤੈਨੂੰ ਚੁਣ ਕੇ ਮੁਹੰਮਦ ਦਾ ਗੁਲਾਮ ਬਣਾਇਆ ਤੂੰ ਆਵੇਂ ਉਹ ਆਪਣੇ ਆਪ ਨੂੰ ਮਾਮੂਲੀ ਸਮਝਦਾ ਉਹ ਗੁਨਾਹ ਹੋ ਗਿਆ ਫਿਤਰਤ ਦੀ ਤਕਾਦ ਨੇ ਤੇਰੇ ਕੋਲ ਹੋ ਗਿਆ ਆਰਸੀ ਇੱਕ ਵਾਰੀ ਤੂੰ ਮੇਰੀ ਬਾਰਗਾ 'ਚ ਆ ਜਾ ਪਿਛਲੇ ਮਾਫ ਜੇ ਫਿਰ ਵੀ ਹੋ ਗਏ ਤੇ ਫਿਰ ਮਾਫ ਇੱਕ ਵਾਰ ਯਾਦ ਤਾਂ ਸਹੀ ਇੱਕ ਹੀ ਬੰਦਾ ਨਮਾਜ਼ ਨਹੀਂ ਪੜਦਾ ਕਿ ਜਿਹੜਾ ਜਿਹਨ ਸੋਚਦਾ ਬੜਾ ਗੁਨਾਹਗਾਰ ਆ ਮੈਂ ਬੜਾ ਸਿਆਕਾਰ ਆ ਇੱਕ ਉਹ ਨਹੀਂ ਪੜਦਾ ਜਿਹੜਾ ਆਂਦਾ ਪੜਨਾ ਤੇ ਬੜੀਆਂ ਪਤਾ ਨਹੀਂ ਕਬੂਲ ਹੋਣੀ ਕਿੰਨੀ ਹੋਣੀ ਰਹਿਣੀ ਦੇਣੀ ਜਦੋਂ ਕਬੂਲ ਹੀ ਹੋਣੀ ਤੇ ਫਿਰ ਰਹਿਣ ਦਿੰਦੇ ਗੌਸੇ ਪਾਕ ਦੀ ਬਾਰਗਾਹ 'ਚ ਹਜ਼ੂਰ ਇੱਕ ਬੰਦਾ ਆ ਕੇ ਨਾ ਮੁਰੀਦਾਂ ਦਾ ਸਰਕਾਰ ਮੈਂ ਫਜਰ ਪੜ੍ਹੀ ਜ਼ੋਰ ਪੜ੍ਹੀ ਅਸਰ ਪੜ੍ਹੀ ਪੰਜ ਵਕਤ ਨਮਾਜ਼ ਪੜ੍ਹਨਾ ਪਤਾ ਨਹੀਂ ਕਬੂਲ ਹੁੰਦੀ ਕਿ ਨਹੀਂ ਹੁੰਦੀ ਆਪਣੇ ਫਰਮਾਇਆ ਫਜਰ ਪੜ੍ਹੀ ਜੀ ਪੜ੍ਹੀ ਜ਼ੋਰ ਪੜ੍ਹੀ ਜੀ ਪੜ੍ਹੀ ਫਰਮਾਇਆ ਅਸਰ ਦਾ ਟਾਈਮ ਹੋ ਗਿਆ ਸਰਕਾਰ ਵਜ਼ੂ ਕਰਕੇ ਬੈਠਾ ਤੁਹਾਡੇ ਪਿੱਛੇ ਪੜ੍ਹਨੀ ਆਪਣੇ ਫਰਮਾਇਆ ਚੱਲਿਆ ਜਿਹਦੀ ਫਜਰ ਕਬੂਲ ਨਾ ਹੋਵੇ ਅੱਲਾ ਜ਼ੋਰ ਦੀ ਤੌਫੀਕ ਦਿੰਦਾ ਹੀ ਨਹੀਂ ਗੱਲ ਸਮਝੋ ਮੇਰੀ ਗੱਲ ਸਮਝਣੀ ਜੋ ਜਿਹਦੀ ਫਜਰ ਕਬੂਲ ਨਾ ਹੋਵੇ ਅੱਲਾ ਨੂੰ ਜ਼ੋਰ ਦੀ ਤੌਫੀਕ ਦਿੰਦਾ ਹੀ ਨਹੀਂ ਤੁਸੀਂ ਵੀ ਆਖਣਾ ਮੌਲਵੀ ਕਿਹੜੇ ਪਾਸੇ ਟੁਰ ਗਿਆ ਚੰਗਾ ਭਲਾ ਲੈਣ ਤੇ ਲੱਗਾ ਸੀ ਲੱਛੇਦਾਰ ਤਕਰੀਰ ਤੇ ਚਲੋ ਮੌਜਾਂ ਲੱਗੀਆਂ ਸਮਝ ਲੱਗੀ ਜੇ ਤੇ ਉਹਨਾਂ ਫਜਰ ਜਿਹਦੀ ਕਬੂਲ ਨਾ ਹੋਵੇ ਅੱਲਾ ਜ਼ੋਰ ਦੀ ਤੌਫੀਕ ਨਹੀਂ ਦਿੰਦਾ ਜਿਹਦੀ ਜ਼ੋਰ ਕਬੂਲ ਨਾ ਹੋਵੇ ਅਸਰ ਦੀ ਤੌਫੀਕ ਨਹੀਂ ਦਿੰਦਾ ਜਿਹਦੀ ਅਸਰ ਕਬੂਲ ਨਾ ਹੋਵੇ ਉਹਨੂੰ ਮਗਰਬ ਦੀ ਤੌਫੀਕ ਨਹੀਂ ਮਿਲਦੀ ਜਿਹਦੀ ਮਗਰਬ ਕਬੂਲ ਨਾ ਹੋਵੇ ਇਸ਼ਾ ਦੀ ਤੌਫੀਕ ਨਹੀਂ ਮਿਲਦੀ ਜਿਹਨੂੰ ਇਸ਼ੇ ਦੀ ਇਸ਼ਾ ਕਬੂਲ ਨਾ ਹੋਵੇ ਉਹਨੂੰ ਕਦੀ ਤਹੱਜਦ ਦੀ ਤੌਫੀਕ ਨਹੀਂ ਜੇ ਮਿਲਦੀ ਹਜ਼ਰਤ ਗੌਸੇ ਪਾਕ ਫਰਮਾਇਆ ਅਗਰ ਫਜਰ ਕਬੂਲ ਹੋ ਜਾਏ ਜ਼ੋਰ ਪੜੇਗਾ ਅਗਰ ਜ਼ੋਰ ਕਬੂਲ ਹੋ ਜਾਏ ਅਸਰ ਪੜੇਗਾ ਅਸਰ ਕਬੂਲ ਹੋ ਜਾਏ ਮਗਰਬ ਪੜੇਗਾ ਮਗਰਬ ਕਬੂਲ ਹੋ ਜਾਏ ਇਸ਼ਾ ਪੜੇਗਾ ਤੇ ਜਿਹਦੀਆਂ ਪੰਜੇ ਕਬੂਲ ਹੋ ਗਈਆਂ ਉਹ ਤਹੱਜਦ ਵਿੱਚ ਵੀ ਖਲੋਤਾ ਨਜ਼ਰ ਆਏਗਾ ਆਪਣੇ ਫਰਮਾਇਆ ਕਸੋਟੀ ਦੇਣਾ ਨਮਾਜ਼ਾਂ ਪਤਾ ਕਰਨਾ ਵਾ ਨਾ ਕਬੂਲ ਹੋਈਆਂ ਕਿ ਨਹੀਂ ਹੋਈਆਂ ਇੱਕ ਸੋਟੀ ਦੇਣਾ ਜੇ ਤੂੰ ਸ਼ਾਹ ਤੱਕ ਪੰਜੇ ਪੜ ਗਿਆ ਸਮਝੀ ਪਿਛਲੀਆਂ ਚਾਰ ਕਬੂਲ ਨੇ ਤੇ ਜੇ ਤੂੰ ਤਹੱਜਦ ਨਾ ਪੜ ਸਕਿਆ ਸਮਝੀ ਤੇਰੀ ਸ਼ਾਹ ਕਬੂਲ ਨੇ ਇਹ ਗੱਲ ਨੂੰ ਸਮਝੋ ਯਾਰ ਇਹ ਜ਼ਿਹਨ ਬਣਾਓ ਜ਼ੋਰ ਪੜ ਲਈ ਸਾਡੀ ਪਿਛਲੀ ਕਬੂਲ ਹੋ ਗਈ ਇੱਕ ਬਰਾਣਾ ਨਹੀਂ ਆ ਕੇ ਨਮਾਜ਼ ਪਤਾ ਨਹੀਂ ਕਬੂਲ ਹੋਈ ਕਿ ਨਹੀਂ ਹੋਈ ਚੱਲਿਓ ਇੱਕ ਵਾਰੀ ਰੱਬ ਦੀ ਬਾਰਗਾਹ 'ਚ ਆ ਕੇ ਤੇ ਵੇਖੋ ਉਹ ਤੇ ਹੈ ਹੀ ਬੜਾ ਕਰੀਮ ਹੈ ਖੁਦਾ ਦੀ ਕਸਮ ਕਰਕੇ ਹੈ ਹੀ ਬੜਾ ਕਰੀਮ ਹੈ ਬਨ ਕੇ ਬੰਦਾ ਜੋ ਉਸੇ ਦਿਲ ਸੇ ਸਦਾ ਦੇਤਾ ਹੈ ਬਨ ਕੇ ਬੰਦਾ ਜੋ ਉਸੇ ਦਿਲ ਸੇ ਸਦਾ ਦੇਤਾ ਹੈ ਉਸਕਾ ਹਰ ਕਾਮ ਖੁਦਾ ਜਲਦ ਬਣਾ ਦੇ